वेलकम टू ऑल ऑफ दी, स्वागत है तुहाडे अपने चैनल MSW स्टडी ਦੇ ਵਿੱਚ। ਔਰ ਗੱਲ ਕਰਾਂਗੇ ਅੱਜ ਦੀ ਕਲਾਸ ਦੀ, ਜਿਵੇਂ ਕਿ ਤੁਸੀਂ ਪਹਿਲਾਂ ਆਪਣੀ ਇੱਕ ਡੈਮੋ ਕਲਾਸ ਦੇਖੀ ਸੀ ਜਿਸ ਦੇ ਵਿੱਚ ਆਪਾਂ ਕਰੇ ਸੀ ਪੰਜਾਬ ਪੁਲਿਸ ਭਰਤੀ ਵਾਸਤੇ ਜਾਂ ਪੰਜਾਬ ਦੇ ਹੋਰ ਐਗਜ਼ਾਮ ਵਾਸਤੇ ਸਪੈਸ਼ਲ ਆਪਾਂ ਪੰਜਾਬ ਪੁਲਿਸ ਭਰਤੀ ਵਾਸਤੇ ਜਿਹੜਾ ਕੌਂਸਟੀਟਿਊਸ਼ਨ ਦੇ ਵਿੱਚ ਕੌਂਸਟੀਟਿਊਸ਼ਨ ਦੀਆਂ ਉੱਥੇ ਲਿਖਿਆ ਹੋਇਆ ਵਿਸ਼ੇਸ਼ਤਾ ਕੌਂਸਟੀਟਿਊਸ਼ਨ ਇਟ ਇਜ਼ ਵਿਸ਼ੇਸ਼ਤਾ ਮਤਲਬ ਕਹਿਣ ਦਾ ਵਾਲੀ ਕੌਂਸਟੀਟਿਊਸ਼ਨ ਇਟ ਇਜ਼ ਜਿਵੇਂ ਕਿ ਫੀਚਰ, ਠੀਕ ਹੈ, ਫੀਚਰ ਨੂੰ ਵਿਸ਼ੇਸ਼ਤਾ ਕਹਿੰਦੇ ਆ ਪੰਜਾਬੀ ਦੇ ਵਿੱਚ। ਸੋ ਫੀਚਰ ਦੇ ਵਿੱਚ ਮੌਲਿਕ ਅਧਿਕਾਰ ਵੀ ਆਉਂਦੇ, ਮੌਲਿਕ ਕਰਤੱਵ ਵੀ ਆਉਂਦੇ, ਉਹ ਵੀ ਆਪਾਂ ਪੜ੍ਹਾਂਗੇ। ਸੋ ਪਿਛਲੇ ਲੈਕਚਰ ਦੇ ਜਿਨ੍ਹਾਂ ਨੇ, ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਜੇਕਰ ਤੁਸੀਂ ਵਧੀਆ ਤਰੀਕੇ ਨਾਲ ਪੜ੍ਹਨਾ ਚਾਹੁੰਦੇ ਹੋ ਤਾਂ ਇਸ ਲੈਕਚਰ ਨੂੰ ਹੁਣੇ ਛੱਡੋ ਇੱਥੇ, ਪਹਿਲਾਂ ਵਾਲਾ ਲੈਕਚਰ ਦੇਖੋ। ਪਹਿਲਾਂ ਵਾਲੇ ਲੈਕਚਰ ਦਾ ਵੀਡੀਓ ਦੇ ਜਿਹੜਾ ਲਿੰਕ ਆ ਉਹ ਡਿਸਕ੍ਰਿਪਸ਼ਨ ਬੋਕਸ 'ਚ ਦਿੱਤਾ ਹੋਇਆ, ਠੀਕ ਆ, ਉਸ ਲੈਕਚਰ ਨੂੰ ਦੇਖੋਗੇ ਤਾਂ ਤੁਹਾਨੂੰ ਇਹ ਲੈਕਚਰ ਸਮਝ ਆਏਗਾ। ਤਾਂ ਇੱਕ ਵਾਰੀ ਇਹਦੇ ਵਿੱਚ ਥੋੜ੍ਹੀ ਰਿਪੀਟ ਕਰ ਦਿੰਦੇ ਆਪਾਂ ਫਿਰ ਵੀ, ਪਰ ਡਿਟੇਲ ਦੇ ਵਿੱਚ ਉਹ ਪਹਿਲਾਂ ਵਾਲਾ ਲੈਕਚਰ ਜ਼ਰੂਰ ਦੇਖਿਓ। ਮੌਲਿਕ ਅਧਿਕਾਰ ਤੁਹਾਨੂੰ ਪਤਾ ਕੀ ਹੁੰਦੇ ਆ, ਫੰਡਾਮੈਂਟਲ ਰਾਈਟਸ, ਠੀਕ ਹੈ, ਕਦੋਂ ਮਿਲੇ ਸੀ ਇਹ ਸੰਵਿਧਾਨ ਦੇ ਭਾਗ 3 'ਚ ਮਿਲੇ ਸੀ, 12 ਤੋਂ 34 ਤੱਕ ਮੌਲਿਕ ਅਧਿਕਾਰਾਂ ਵਾਸਤੇ ਜਿਹੜਾ ਆਰਟੀਕਲਾਂ ਵਿੱਚ ਲਿਖਿਆ ਗਿਆ, ਅਤੇ 14 ਤੋਂ ਲੈ ਕੇ 32 ਤੱਕ ਜਿਹੜੇ ਸਾਨੂੰ ਮੌਲਿਕ ਅਧਿਕਾਰ ਦਿੱਤੇ ਗਏ ਆ 6 ਤਰ੍ਹਾਂ ਦੇ, ਠੀਕ ਹੈ। ਪਹਿਲਾਂ 7 ਤਰ੍ਹਾਂ ਦੇ ਸੀ, ਇੱਕ ਘੱਟ ਚੁੱਕੇ ਆ। ਮੌਲਿਕ ਅਧਿਕਾਰਾਂ ਦਾ ਜਿਹੜਾ ਅਮਰੀਕਾ ਤੋਂ ਲਿਆ ਗਿਆ ਜਿਹੜਾ ਸਿਸਟਮ ਹੈ, ਠੀਕ ਹੈ, ਸੰਵਿਧਾਨ ਦਾ ਜਿਹੜਾ ਤੀਸਰਾ ਭਾਗ ਆ ਉਹਦੇ ਵਿੱਚ ਸ਼ਾਮਿਲ ਹੈ। ਤੀਸਰੇ ਭਾਗ ਨੂੰ ਮੈਗਨਾ ਕਾਰਟਾ ਕਿਹਾ ਜਾਂਦਾ, ਠੀਕ ਹੈ। ਸੰਵਿਧਾਨ ਦੁਆਰਾ ਗਰੰਟੀ ਅਤੇ ਸੁਰੱਖਿਆ ਪ੍ਰਦਾਨ ਕਰਦੇ ਆ ਇਹ, ਔਰ ਭੌਤਿਕ, ਨੈਤਿਕ, ਬੌਧਿਕ, ਅਧਿਆਤਮਿਕ ਵਿਕਾਸ ਸਾਡੇ ਮਨੁੱਖ ਦੇ ਵਿਕਾਸ ਲਈ ਜ਼ਰੂਰੀ ਨੇ। ਕੌਣ? ਮੌਲਿਕ ਅਧਿਕਾਰ। ਸੋ ਇਹ ਪਿੱਛੇ ਆਪਾਂ ਪੜ੍ਹਿਆ ਸੀ, ਲਗਭਗ ਇਹ ਵੀ ਆਪਾਂ ਪੜ੍ਹ ਲਿਆ ਸੀ ਕਿ ਮੌਲਿਕ ਅਧਿਕਾਰ 7 ਹੁੰਦੇ ਸੀ ਪਹਿਲਾਂ, ਬਾਅਦ 'ਚੋਂ 6 ਰਹਿ ਗਏ, ਉਹਨਾਂ 'ਚ ਇੱਕ ਸੰਪਤੀ ਦਾ ਕੱਟ ਗਿਆ ਸੀ, ਠੀਕ ਹੈ। ਫਿਰ ਆਪਾਂ ਪੜ੍ਹਿਆ ਸੀ ਕਿ ਜ਼ਰੂਰੀ ਨੋਟ ਕਦੋਂ ਸੀ, ਜਿਹੜਾ ਸੰਪਤੀ ਦਾ ਅਧਿਕਾਰ ਕਦੋਂ ਕਾਨੂੰਨੀ ਅਧਿਕਾਰ ਬਣ ਗਿਆ ਸੀ, ਇਹ ਵੀ ਆਪਾਂ ਪੜ੍ਹ ਲਿਆ ਸੀ। ਸਮਾਨਤਾ ਦੇ ਅਧਿਕਾਰ ਬਾਰੇ ਡਿਟੇਲ 'ਚ ਪੜ੍ਹਿਆ ਸੀ ਆਪਾਂ, ਠੀਕ ਹੈ। ਉਸ ਤੋਂ ਬਾਅਦ ਫਿਰ ਆਪਣੇ ਕੋਲ ਆ ਗਿਆ ਸੀ ਸੁਤੰਤਰਤਾ ਅਧਿਕਾਰ, ਇਸ ਬਾਰੇ ਡਿਟੇਲ 'ਚ ਪੜ੍ਹਿਆ ਸੀ। ਫਿਰ ਆ ਗਿਆ ਸੀ ਆਪਣੇ ਕੋਲ ਨੈਕਸਟ 21 ਨੰਬਰ, ਪ੍ਰਾਣ ਅਤੇ ਦਾਇਕ ਜੀਵਨ ਸੁਰੱਖਿਆ ਅਤੇ ਜੀਵਨ ਦਾ ਅਧਿਕਾਰ ਜਿਸ ਨੂੰ ਬੋਲਦੇ ਹਾਂ, ਇਹ ਵੀ ਆਪਾਂ ਪੜ੍ਹ ਲਿਆ ਸੀ। 21 ਏ ਵੀ ਪੜ੍ਹ ਲਿਆ ਸੀ, ਠੀਕ ਹੈ। ਫਿਰ ਆਪਣੇ ਕੋਲ ਸੀ 22 ਅਨੁਛੇਦ ਸੀ ਜਿਹਦੇ ਵਿੱਚ ਗ੍ਰਿਫਤਾਰੀ ਦੇ ਸੰਬੰਧੀ ਸੁਰੱਖਿਆ, ਇਹ ਵੀ ਆਪਾਂ ਪੜ੍ਹ ਲਿਆ ਸੀ। ਸੋ ਅੱਜ ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਇਹ ਵੀ ਆਪਾਂ ਪੜ੍ਹ ਲਿਆ ਸੀ। ਤਾਂ ਅੱਜ ਆਪਾਂ ਕਰਾਂਗੇ ਪਹਿਲਾਂ 3 ਅਧਿਕਾਰ ਜਿਹੜੇ ਆਪਾਂ ਪੜ੍ਹ ਲਏ ਸੀ ਟੋਟਲ, ਅੱਜ 6 ਅਧਿਕਾਰ ਨੇ। ਪਹਿਲਾਂ ਵਾਲੀ ਵੀਡੀਓ ਜ਼ਰੂਰ ਸੁਣ ਲਿਓ, ਤੁਹਾਨੂੰ ਸਮਝ ਲੱਗ ਜਾਏਗਾ। ਔਰ ਇਸ ਤੋਂ ਇਲਾਵਾ ਡਿਟੇਲਡ ਆਪਣਾ ਜਿਹੜਾ ਕੋਰਸ ਹੈ ਪੰਜਾਬ ਪੁਲਿਸ ਭਰਤੀ ਲਈ ਸਾਰੇ ਸਬਜੈਕਟਾਂ ਦਾ, ਆਪਣੇ MSW ਸਟੱਡੀ ਦੇ ਜਿਹੜਾ ਐਪ ਹੈ, ਐਪ 'ਤੇ ਜਿਹੜਾ ਕੋਰਸ ਲਾਂਚ ਹੋ ਚੁੱਕਿਆ, ਐਪ ਦਾ ਲਿੰਕ ਵੀ ਡਿਸਕ੍ਰਿਪਸ਼ਨ ਬੋਕਸ 'ਚ ਮਿਲ ਜਾਏਗਾ, ਜਿੱਥੋਂ ਤੁਸੀਂ ਪੰਜਾਬ ਪੁਲਿਸ ਭਰਤੀ ਦੇ ਸਾਰੇ ਸਬਜੈਕਟਾਂ ਦੀ ਤਿਆਰੀ ਕਰ ਸਕਦੇ ਹੋ। ਸੋ ਅੱਜ ਆਪਾਂ ਕਰਾਂਗੇ ਚੌਥਾ ਜਿਹੜਾ ਅਧਿਕਾਰ ਆਪਾਂ ਨੂੰ ਮਿਲਿਆ ਭਾਰਤ ਦੇ ਸੰਵਿਧਾਨ ਦੁਆਰਾ ਸਾਨੂੰ ਦਿੱਤਾ ਗਿਆ, ਚੌਥਾ ਅਧਿਕਾਰ ਹੈ ਧਾਰਮਿਕ ਸੁਤੰਤਰਤਾ ਦਾ ਅਧਿਕਾਰ। ਇਸ ਤੋਂ ਪਹਿਲਾਂ ਵਾਲੇ 3 ਅਧਿਕਾਰ ਆਪਾਂ ਪੜ੍ਹੇ ਆ, ਡਿਟੇਲ ਦੇ ਵਿੱਚ ਡਿਸਕ੍ਰਿਪਸ਼ਨ 'ਚ ਤੁਹਾਨੂੰ ਲਿੰਕ ਮਿਲ ਜਾਏਗਾ। ਸੋ ਧਾਰਮਿਕ ਸੁਤੰਤਰਤਾ ਅਧਿਕਾਰ ਕਿਹੜੇ ਕਿਹੜੇ ਆਰਟੀਕਲ ਵਿੱਚ ਬਿਆਨ ਕੀਤਾ ਗਿਆ? 25 ਤੋਂ ਲੈ ਕੇ 28 ਦੇ ਵਿੱਚ, 25 ਤੋਂ ਲੈ ਕੇ 28 ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਇਸਦਾ ਮਤਲਬ ਕੀ ਹੈ, ਧਾਰਮਿਕ ਸੁਤੰਤਰਤਾ ਦਾ ਜਿਹੜਾ ਆਪਾਂ ਨੂੰ ਰਾਈਟ ਮਿਲਿਆ, ਫੰਡਾਮੈਂਟਲ ਰਾਈਟ ਆਪਣਾ ਰਿਲੀਜਨ ਫੰਡਾਮੈਂਟਲ ਰਾਈਟ, ਇਸਦਾ ਮਤਲਬ ਕੀ ਹੈ? ਇਸਦਾ ਮਤਲਬ ਕਿ ਰਾਜ ਦਾ ਆਪਣਾ ਕੋਈ ਧਰਮ ਨਹੀਂ। ਰਾਜ ਕਿਸ ਨੂੰ ਕਿਹਾ ਗਿਆ? ਬਹੁਤ ਸਾਰੇ ਸੋਚਦੇ ਕਿਤੇ ਪੰਜਾਬ ਦੀ ਗੱਲ ਹੋ ਰਹੀ ਹੈ, ਰਾਜਸਥਾਨ ਦੀ, ਹਰਿਆਣੇ ਦੀ, ਇਹ ਨਹੀਂ ਹੈਗਾ ਇੱਥੇ। ਰਾਜ ਦਾ ਮਤਲਬ ਹੈ ਦੇਸ਼, ਭਾਰਤ ਦੇਸ਼ ਨੂੰ ਕਿਹਾ ਗਿਆ ਕਿ ਜਿਹੜਾ ਦੇਸ਼ ਦਾ ਨਾ ਰਾਜ ਦਾ ਆਪਣਾ ਕੋਈ ਧਰਮ ਨਹੀਂ ਹੋਊਗਾ। ਕਿ ਭਾਰਤ ਆਖੂ ਭਾਈ ਤੁਸੀਂ ਤਾਂ ਹਿੰਦੂ ਧਰਮ ਨੂੰ ਮੰਨੋ, ਜਾਂ ਭਾਰਤ ਕਹੇ ਵੀ ਮੁਸਲਮਾਨ ਧਰਮ ਨੂੰ ਮੰਨੋ, ਜਾਂ ਭਾਰਤ ਕਹੇ ਈਸਾਈ ਧਰਮ ਨੂੰ ਮੰਨੋ, ਭਾਰਤ ਨਹੀਂ ਕਹਿ ਸਕਦਾ, ਠੀਕ ਹੈ। ਤਾਂ ਭਾਵ ਰਾਜ ਦਾ ਆਪਣਾ ਕੋਈ ਧਰਮ ਨਹੀਂ, ਇਸ ਦੇ ਵਿੱਚ ਇਹੀ ਸੁਤੰਤਰਤਾ ਦਿੱਤੀ ਗਈ ਹੈ। ਹੁਣ 25 ਦੇ ਵਿੱਚ ਕੀ ਸੁਤੰਤਰਤਾ ਸਾਨੂੰ ਦਿੱਤੀ ਗਈ ਹੈ? ਅਨੁਛੇਦ 25 ਦੇ ਵਿੱਚ ਕੀ ਲਿਖਿਆ ਕਿ ਕਿਸੇ ਧਰਮ ਨੂੰ ਮੰਨਣਾ ਅਤੇ ਪ੍ਰਚਾਰ ਕਰਨਾ, ਸਾਨੂੰ ਇਹਦੇ ਵਿੱਚ ਇਹ ਸੁਤੰਤਰਤਾ ਦਿੱਤੀ ਗਈ ਹੈ ਧਰਮ ਦੇ ਤੌਰ 'ਤੇ। ਅਸੀਂ ਕਿਸੇ ਵੀ ਧਰਮ ਨੂੰ ਮੰਨ ਸਕਦੇ ਹਾਂ, ਸਾਡੀ ਮਰਜ਼ੀ ਹੈ। ਅਸੀਂ ਕਿਸੇ ਵੀ ਧਰਮ ਦਾ ਪ੍ਰਚਾਰ ਕਰ ਸਕਦੇ ਹਾਂ, ਸਾਡੀ ਮਰਜ਼ੀ ਹੈ। ਤਾਂ ਸਾਨੂੰ ਕੋਈ ਨਹੀਂ ਰੋਕ ਸਕਦਾ, ਠੀਕ ਹੈ, ਇਸ ਦੀ ਕੋਈ ਉਲੰਘਣ ਨਹੀਂ ਕਰ ਸਕਦਾ। ਜੇ ਕਿਸੇ ਨੇ ਇੱਕ ਧਰਮ 'ਚੋਂ ਦੂਸਰੇ ਧਰਮ 'ਚ ਜਾਣਾ, ਉਹ ਆਪਦੀ ਇੱਛਾ ਹੈ, ਠੀਕ ਹੈ। ਸੋ ਕਿਸੇ ਵੀ ਧਰਮ ਨੂੰ ਮੰਨਣਾ ਜਾਂ ਉਸਦਾ ਪ੍ਰਚਾਰ ਕਰਨਾ, ਅਨੁਛੇਦ ਆਰਟੀਕਲ 25 ਦੇ ਵਿੱਚ ਲਿਖਿਆ ਗਿਆ, ਧਰਮ ਦੀ ਸੁਤੰਤਰਤਾ ਸਾਨੂੰ ਮਿਲਦੀ ਹੈ। 26 ਦੇ ਵਿੱਚ ਕੀ ਹੈ? ਆਰਟੀਕਲ 26 ਕੀ ਕਹਿੰਦਾ ਕਿ ਧਾਰਮਿਕ ਪ੍ਰਬੰਧ ਕਰਨ ਦੀ ਸੁਤੰਤਰਤਾ, ਧਾਰਮਿਕ ਪ੍ਰਬੰਧ ਕਰਨ ਦੀ ਸੁਤੰਤਰਤਾ ਇਸ ਦੇ ਵਿੱਚ ਕੀ ਹੈ? ਹਾਂਜੀ, ਗੱਲ ਕਰ ਰਹੇ ਸੀ ਆਰਟੀਕਲ 26 ਦੀ, ਅਨੁਛੇਦ 26 ਦੀ, ਧਾਰਮਿਕ ਪ੍ਰਬੰਧ ਕਰਨ ਦੀ ਸੁਤੰਤਰਤਾ। ਭਾਵ ਅਸੀਂ ਧਰਮ ਦੇ ਲਈ ਕੋਈ ਵੀ ਕਿਸੇ ਤਰ੍ਹਾਂ ਦਾ ਸਿਸਟਮ ਬਣਾਉਣਾ, ਕੋਈ ਪ੍ਰਬੰਧ ਕਰਨਾ ਤਾਂ ਅਸੀਂ ਕਰ ਸਕਦੇ ਹਾਂ, ਸਾਨੂੰ ਇਹ ਸੁਤੰਤਰਤਾ ਦਿੱਤੀ ਗਈ ਹੈ, ਕੋਈ ਵੀ ਧਰਮ ਹੈਗਾ ਸਾਡਾ ਚਾਹੇ। ਅੱਗੇ ਨੈਕਸਟ ਆਰਟੀਕਲ 27, 27 ਆਰਟੀਕਲ ਕੀ ਕਹਿੰਦਾ ਕਿ ਧਰਮ ਤੋਂ ਪ੍ਰਾਪਤ ਪੈਸੇ 'ਤੇ ਟੈਕਸ ਨਹੀਂ ਲੱਗੂਗਾ, ਠੀਕ ਹੈ, ਧਰਮ ਤੋਂ ਪ੍ਰਾਪਤ ਪੈਸੇ 'ਤੇ ਟੈਕਸ ਨਹੀਂ ਲੱਗੂਗਾ। ਇਸੇ ਕਰਕੇ ਇਹ ਇੱਕ ਚੀਜ਼ ਇਸਨੂੰ ਵਧੀਆ ਵੀ ਕਹਿ ਸਕਦੇ ਹਾਂ, ਪਰ ਇੱਕ ਚੀਜ਼ ਇਸਨੂੰ ਗਲਤ ਵੀ ਮੰਨ ਸਕਦੇ ਹਾਂ। ਗਲਤ ਕਿਵੇਂ ਮੰਨ ਸਕਦੇ? ਆਪਾਂ ਨੂੰ ਪਤਾ ਕਿ ਵਿੱਚ ਜਿਹੜਾ ਧਰਮ ਨੂੰ ਬਹੁਤ ਸਾਰਿਆਂ ਨੇ ਧੰਦਾ ਬਣਾ ਰੱਖਿਆ,
ਧਰਮ ਤੋਂ ਇੰਨਾ ਪੈਸਾ ਕਮਾਉਂਦੇ ਆ, ਇੰਨਾ ਪੈਸਾ ਕਮਾਉਂਦੇ ਆ ਕਿ ਦੁਨੀਆ ਗਰੀਬ ਹੋ ਜਾਂਦੀ ਹੈ, ਪਰ ਸਿਰਫ ਪੈਸਾ ਧਰਮ ਹੀ ਖਾਈ ਜਾ ਰਿਹਾ, ਠੀਕ ਹੈ, ਜਿਹਨੂੰ ਆਪਾਂ ਲੋਟੂ ਟੋਲਾ ਕਹਿ ਸਕਦੇ ਹਾਂ। ਤਾਂ ਇਸ ਕਰਕੇ ਧਰਮ 'ਤੇ ਟੈਕਸ ਹੋਣਾ ਵੀ ਚਾਹੀਦਾ ਜੇਕਰ ਸਹੀ ਮਿਹਨਤ 'ਚ ਦੇਖੇ, ਪਰ ਜੇ ਧਰਮ ਨੂੰ ਕੋਈ ਸਹੀ ਅਪਣਾਵੇ ਤਾਂ ਫਿਰ ਨਹੀਂ ਵੀ ਹੋਣਾ ਚਾਹੀਦਾ, ਠੀਕ ਹੈ, ਇਹ ਚੀਜ਼ ਹੈ। ਤਾਂ ਆਰਟੀਕਲ 27 ਦੇ ਵਿੱਚ ਸਾਨੂੰ ਕੀ ਅਨੁਛੇਦ ਦੇ ਵਿੱਚ ਦਿੱਤਾ ਗਿਆ ਕਿ ਧਰਮ 'ਤੇ ਪੈਸੇ ਅਤੇ ਧਰਮ ਤੋਂ ਜਿਹੜਾ ਪ੍ਰਾਪਤ ਪੈਸਾ ਉਹ 'ਤੇ ਕੋਈ ਟੈਕਸ ਨਹੀਂ ਹੋਵੇਗਾ। ਅੱਗੇ 28 ਅਨੁਛੇਦ ਕੀ ਹੈ, 28 ਵੀ ਸਾਨੂੰ ਧਰਮ ਦੀ ਸੁਤੰਤਰਤਾ ਦੀ ਗੱਲ ਕਰਦਾ। ਅਤੇ ਇਸ ਦੇ ਵਿੱਚ ਕੀ ਲਿਖਿਆ, ਇਸ ਦੇ ਵਿੱਚ ਲਿਖਿਆ ਕਿ ਸਰਕਾਰ ਦੁਆਰਾ ਵਿੱਦਿਅਕ ਸੰਸਥਾਵਾਂ ਵਿੱਚ ਧਾਰਮਿਕ ਮਨਾਹੀ ਹੈ, ਚਾਹੇ ਉਹ ਪੰਜਾਬ ਸਰਕਾਰ ਕਹਿੰਦੀ ਹੈ ਚਾਹੇ ਉਹ ਭਾਰਤ ਸਰਕਾਰ ਕਹਿੰਦੀ ਹੈ, ਕਿ ਕੋਈ ਵੀ ਵਿੱਦਿਅਕ ਸੰਸਥਾ, ਕੋਈ ਸਕੂਲ ਹੈ, ਠੀਕ ਹੈ, ਸਰਕਾਰੀ ਵਿੱਦਿਅਕ ਸੰਸਥਾ ਜਿਹੜੀਆਂ ਕਹਿ ਲਈਏ ਆਪਾਂ, ਜਾਂ ਕੋਈ ਹੋਰ ਵਿੱਦਿਅਕ ਸੰਸਥਾ, ਵਿੱਦਿਅਕ ਅਦਾਰੇ ਆ, ਯੂਨੀਵਰਸਿਟੀਆਂ, ਕਿ ਉੱਥੇ ਧਾਰਮਿਕ ਮਨਾਹੀ ਹੈ, ਉੱਥੇ ਧਰਮ ਦੀ ਸਿੱਖਿਆ ਨਹੀਂ ਦਿੱਤੀ ਜਾ ਸਕਦੀ। ਹੁਣ ਮੰਨ ਲਓ ਪੰਜਾਬ ਯੂਨੀਵਰਸਿਟੀ ਹੈ, ਪੰਜਾਬੀ ਯੂਨੀਵਰਸਿਟੀ ਹੈ, ਜਾਂ ਕੋਈ ਸਰਕਾਰੀ ਸਕੂਲ ਆ ਤੁਹਾਡੇ ਪਿੰਡ ਦਾ, ਵੀ ਉੱਥੇ ਕੋਈ ਤੁਹਾਨੂੰ ਈਸਾਈ ਧਰਮ ਦੀ ਜਾਂ ਹਿੰਦੂ ਧਰਮ ਦੀ ਜਾਂ ਤੁਹਾਨੂੰ ਸਿੱਖ ਧਰਮ ਦੀ ਸਿੱਖਿਆ ਦੇਣ ਲੱਗ ਗਿਆ, ਠੀਕ ਹੈ, ਮਤਲਬ ਸਪੈਸ਼ਲ ਇੱਕ ਹੀ ਧਰਮ ਦੀ ਸਿੱਖਿਆ ਦੇਣ ਲੱਗ ਗਿਆ, ਤਾਂ ਉਹ ਕਾਨੂੰਨ ਦੀਆਂ ਨਜ਼ਰਾਂ 'ਚ ਆਰਟੀਕਲ 28 ਦੇ ਵਿੱਚ ਉਹ ਗਲਤ ਹੈ ਕਿ ਕਿਸੇ ਨੂੰ ਵੀ ਜ਼ਬਰਦਸਤੀ ਕਿਸੇ ਧਰਮ ਦੀ ਸਿੱਖਿਆ ਨਹੀਂ ਦਿੱਤੀ ਜਾ ਸਕਦੀ, ਠੀਕ ਹੈ। ਤਾਂ ਇਸ ਕਰਕੇ ਸਰਕਾਰ ਦੁਆਰਾ ਵਿੱਦਿਅਕ ਸੰਸਥਾਵਾਂ ਵਿੱਚ ਧਾਰਮਿਕ ਮਨਾਹੀ ਦਿੱਤੀ ਗਈ ਹੈ। ਪਰ ਇੱਕ ਗੱਲ ਇੱਥੇ ਨੋਟ ਕਰਨ ਵਾਲੀ ਜ਼ਰੂਰ ਹੈ ਕਿ ਧਰਮ ਦੀ ਸਿੱਖਿਆ ਮਿਲ ਕਿਵੇਂ ਸਕਦੀ ਹੈ। ਦੇਖੋ, ਨੋਟ ਹੈ ਕਿ ਪਰ ਜੇ ਕੋਈ ਟਰੱਸਟ ਜਾਂ ਧਰਮ ਦੇ ਅਧੀਨ ਆਉਂਦਾ ਹੈ, ਜੇ ਕਿਸੇ ਟਰੱਸਟ ਜਾਂ ਧਰਮ ਦੇ ਅਧੀਨ ਕੋਈ ਆਉਂਦੀ ਹੈ ਸੰਸਥਾ, ਕੋਈ ਵੀ ਸੰਸਥਾ ਹੈ, ਵਿੱਦਿਅਕ ਸੰਸਥਾ, ਕਿਸੇ ਧਰਮ ਦੇ ਅਧੀਨ ਆਉਂਦੀ ਹੈ ਜਾਂ ਟਰੱਸਟ ਦੇ ਅਧੀਨ ਆਉਂਦੀ ਹੈ, ਰਾਜ ਤੋਂ ਮਾਨਤਾ ਪ੍ਰਾਪਤ ਹੈ, ਉਹ ਰਾਜ ਦੀ ਸਹਿਮਤੀ ਨਾਲ, ਰਾਜ ਕਿਸ ਨੂੰ ਕਿਹਾ ਗਿਆ, ਇਹ ਸਮਝਣ ਦੀ ਕੋਸ਼ਿਸ਼ ਕਰੋ, ਰਾਜ ਇੱਥੇ ਭਾਰਤ ਨੂੰ ਕਿਹਾ ਗਿਆ, ਦੇਸ਼ ਨੂੰ ਕਿਹਾ ਗਿਆ, ਕਿ ਉਹ ਰਾਜ ਦੀ ਸਹਿਮਤੀ ਨਾਲ ਧਾਰਮਿਕ ਸਿੱਖਿਆ ਦੇ ਸਕਦਾ। ਅਤੇ ਇੱਕ ਵਿਅਕਤੀ ਧਰਮ ਆਪਣੇ ਧਰਮ ਦੀ ਵਿੱਦਿਆ ਪ੍ਰਾਪਤ ਕਰ ਸਕਦਾ, ਕਹਿਣ ਦਾ ਮਤਲਬ ਵੀ ਇੱਕ ਵਿਅਕਤੀ ਆਪਣੇ ਧਰਮ ਦੀ ਵਿੱਦਿਆ ਪ੍ਰਾਪਤ ਕਰ ਵੀ ਸਕਦਾ, ਜਿਹਨੂੰ ਜ਼ਰੂਰਤ ਹੈ ਕਿ ਅਸੀਂ ਆਪਣੇ ਧਰਮ ਬਾਰੇ ਸਿੱਖਣਾ ਤਾਂ ਉਹ ਧਾਰਮਿਕ ਵਿੱਦਿਆ ਪ੍ਰਾਪਤ ਕਰ ਸਕਦਾ, ਠੀਕ ਹੈ। ਸੋ ਉਹ ਟਰੱਸਟ ਹੈ ਜਾਂ ਉਹ ਧਰਮ, ਉਹ ਰਾਜ ਤੋਂ ਮਾਨਤਾ ਪ੍ਰਾਪਤ ਹੋਣਾ ਚਾਹੀਦਾ, ਤਾਂ ਉੱਥੇ ਧਾਰਮਿਕ ਸਿੱਖਿਆ ਦਿੱਤੀ ਜਾ ਸਕਦੀ ਹੈ। ਜਿਵੇਂ ਕਿ ਆਪਾਂ ਹੁਣ ਇਹਦੇ 'ਤੇ ਵੀ ਮਾਨਤਾ ਪ੍ਰਾਪਤ ਜਿਵੇਂ ਹੋ ਸਕਦਾ, ਜਿਵੇਂ ਆਪਣੇ ਪੰਜਾਬ ਦੇ ਵਿੱਚ ਬੜੂ ਸਾਹਿਬ ਅਕੈਡਮੀ ਹੈ, ਜੋ ਕਿ ਸਿੱਖ ਧਰਮ ਦੇ ਲਈ ਜਿਹੜੀ ਉਹ ਜ਼ਿਆਦਾ ਪ੍ਰਚਾਰ ਕਰਦੇ ਆ, ਠੀਕ ਹੈ, ਉਸ ਦੇ ਵਿੱਚ ਸਿੱਖੀ ਵਾਲੇ ਬੱਚੇ ਹੀ ਜਿਹੜਾ ਸਟੱਡੀ ਕਰ ਸਕਦੇ ਆ, ਪੜ੍ਹ ਸਕਦੇ ਆ, ਠੀਕ ਹੈ। ਤਾਂ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ, ਜਿਵੇਂ ਹੁਣ RSS ਦਾ ਏਜੰਡਾ ਚੱਲ ਰਿਹਾ, RSS ਕਿਸ ਨੂੰ ਪ੍ਰਮੋਟ ਕਰਦਾ, ਉਹ ਹਿੰਦੂ ਧਰਮ ਦੀ ਸਿੱਖਿਆ ਦਿੰਦਾ, ਹਿੰਦੂ ਧਰਮ ਨੂੰ ਪ੍ਰਮੋਟ ਕਰਦਾ, ਸੋ ਇਹ ਚੀਜ਼ ਹੁੰਦੀ ਆ, ਠੀਕ ਹੈ। ਪਰ ਕਿਸੇ ਵੀ ਆਮ ਜਿਹੜੀ ਧਾਰਮਿਕ ਜਿਹੜੀ ਵਿੱਦਿਅਕ ਸੰਸਥਾ, ਠੀਕ ਹੈ, ਜੋ ਕਿ ਸਰਕਾਰ ਤੋਂ ਮਾਨਤਾ ਪ੍ਰਾਪਤ ਨਹੀਂ ਧਾਰਮਿਕ ਸਿੱਖਿਆ ਵਾਸਤੇ, ਤਾਂ ਉਹਦੇ ਵਿੱਚ ਧਰਮ ਦੀ ਸਿੱਖਿਆ ਦੀ ਮਨਾਹੀ ਮੰਨੀ ਜਾਊਗੀ। ਆਰਟੀਕਲ 28 ਕਹਿੰਦਾ ਕਿ ਕਿਸੇ 'ਤੇ ਅਸੀਂ ਜ਼ਬਰਦਸਤੀ ਕੋਈ ਧਰਮ ਦੀ ਸਿੱਖਿਆ ਨਹੀਂ ਥੋਪ ਸਕਦੇ। ਅੱਗੇ ਦੇਖਦੇ ਹਾਂ, ਅਗਲਾ ਆਪਣੇ ਕੋਲ 5 ਨੰਬਰ ਆਪਣਾ ਜਿਹੜਾ ਅਧਿਕਾਰ ਹੈ, 5 ਨੰਬਰ ਦਾ ਆਪਾਂ ਨੂੰ ਕਿਹੜਾ ਅਧਿਕਾਰ ਮਿਲਿਆ 5 ਨੰਬਰ 'ਤੇ, ਉਹ ਆਪਣਾ ਅਧਿਕਾਰ ਹੈ ਸੱਭਿਆਚਾਰਕ ਅਤੇ ਵਿੱਦਿਅਕ ਅਧਿਕਾਰ, ਸੱਭਿਆਚਾਰ ਅਤੇ ਵਿੱਦਿਆ ਅਧਿਕਾਰ। ਹੁਣ ਇਹ ਕਿਹੜੇ ਆਰਟੀਕਲ 'ਚ ਹੈ, ਇਹ 29 ਤੋਂ ਲੈ ਕੇ 30 ਆਰਟੀਕਲ 'ਚ ਦਿੱਤਾ ਗਿਆ, ਵਿੱਦਿਅਕ ਅਧਿਕਾਰ ਅਤੇ ਸੱਭਿਆਚਾਰਕ ਅਧਿਕਾਰ। ਇਹਦੇ ਵਿੱਚ ਦੇਖਦੇ ਕੀ ਹੁੰਦਾ, ਸੁਣੋ ਥੋੜ੍ਹਾ ਜਿਹਾ, ਘੱਟ ਗਿਣਤੀ ਲੋਕਾਂ ਦੀ ਸੁਰੱਖਿਆ। ਤਾਂ ਇਸ ਦੇ ਵਿੱਚ ਇਹ ਹੈ, ਜੋ ਸੱਭਿਆਚਾਰਕ ਅਤੇ ਵਿੱਦਿਆ ਅਧਿਕਾਰ ਹੈ, ਇਹ ਘੱਟ ਗਿਣਤੀ ਲੋਕਾਂ ਦੀ ਸੁਰੱਖਿਆ ਕਰਦਾ। ਘੱਟ ਗਿਣਤੀ ਲੋਕ ਕੌਣ ਹੁੰਦੇ ਆ, ਜਿਵੇਂ ਕਹਿੰਦੇ ਕਬੀਲੇ ਵਾਲੇ ਹੋ ਗਏ, ST SC, ਠੀਕ ਹੈ, ਤੋ ਰਿਜ਼ਰਵੇਸ਼ਨ ਵਾਲੇ, ਤੋਂ ਘੱਟ ਗਿਣਤੀ ਹੁੰਦੇ ਆ, ਠੀਕ ਹੈ। ਉਹਨਾਂ ਦੀ ਕੋਈ ਭਾਸ਼ਾ, ਉਹਨਾਂ ਦਾ ਕੋਈ ਸੱਭਿਆਚਾਰ ਹੈ, ਠੀਕ ਹੈ, ਜੇਕਰ ਉਹਨਾਂ ਨੂੰ ਕੋਈ ਅਲੋਪ ਕਰਨਾ ਚਾਹੇ ਤਾਂ ਇਹ ਅਲੋਪ ਨਹੀਂ ਕਰ ਸਕਦੇ, ਤਾਂ ਉਹਨਾਂ ਨੂੰ ਆਪਣੇ ਸੱਭਿਆਚਾਰ ਨੂੰ, ਆਪਣੀ ਭਾਸ਼ਾ ਨੂੰ ਅਪਣਾਉਣ ਦਾ, ਆਪਣੀ, ਠੀਕ ਹੈ, ਕਲਚਰ ਨੂੰ ਵਧਾਉਣ ਦਾ ਉਹਨਾਂ ਦਾ ਹੱਕ ਹੈ, ਠੀਕ ਹੈ, ਆਪਣੇ ਕਲਚਰ ਨੂੰ ਸੁਰੱਖਿਅਤ ਰੱਖ ਸਕਦੇ ਆ ਘੱਟ ਗਿਣਤੀ ਲੋਕ। ਤਾਂ ਇਸੇ ਕਰਕੇ ਆਪਣੀ ਭਾਸ਼ਾ, ਲਿਪੀ, ਸੱਭਿਆਚਾਰ ਨੂੰ ਸੁਰੱਖਿਅਤ ਰੱਖਣਾ ਇਹਦੇ ਵਿੱਚ ਆ ਜਾਂਦਾ। ਉਸ ਤੋਂ ਵਿੱਦਿਅਕ ਸੰਸਥਾ ਵਿੱਚ ਦਾਖਲੇ ਦੀ ਸੁਤੰਤਰਤਾ, ਠੀਕ ਹੈ। ਹੁਣ ਇੱਥੇ ਲਿਖਿਆ ਵੀ ਵਿੱਦਿਅਕ ਅਤੇ ਸੱਭਿਆਚਾਰਕ ਅਧਿਕਾਰ, ਇਹਦੇ ਵਿੱਚ ਕੀ ਹੈ, ਸਾਨੂੰ ਵਿੱਦਿਅਕ ਅਧਿਕਾਰ ਕੀ ਮਿਲਿਆ ਸਾਨੂੰ, ਕਿ ਵਿੱਦਿਅਕ ਸੰਸਥਾ ਵਿੱਚ ਦਾਖਲੇ ਦੀ ਸੁਤੰਤਰਤਾ ਧਰਮ, ਜਾਤੀ, ਵੰਸ਼ ਆਦਿ ਦੇ ਆਧਾਰ 'ਤੇ ਵਿਤਕਰਾ ਨਹੀਂ। ਹੁਣ ਕੋਈ ਵੀ ਵਿੱਦਿਅਕ ਸੰਸਥਾ, ਕੋਈ ਵੀ ਅਦਾਰਾ ਹੈ, ਚਾਹੇ ਜਦੋਂ ਮੰਨ ਲਓ ਆਪਾਂ ਐਗਜ਼ਾਮਪਲ ਹੀ ਲੈ ਲਈਏ ਆਪਣੇ ਪੰਜਾਬ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ, ਤਾਂ ਉੱਥੇ ਦੇਖੋ ਬਹੁਤ ਸਾਰੇ ਧਰਮਾਂ ਦੇ ਲੋਕ ਪੜ੍ਹਦੇ ਹੈ, ਉੱਥੇ ਈਸਾਈ ਵੀ ਹੈ, ਉੱਥੇ ਹਿੰਦੂ ਵੀ ਹੈ, ਉੱਥੇ ਮੁਸਲਿਮ ਵੀ ਹੈ, ਉੱਥੇ ਉੱਚੀ ਜਾਤੀ ਦੇ, ਉੱਥੇ ਨੀਵੀਂ ਜਾਤੀ ਦੇ ਹੈ, ਠੀਕ ਹੈ। ਤਾਂ ਕਹਿਣ ਦਾ ਮਤਲਬ ਵੀ ਕਿਸੇ ਵੀ ਵਿੱਦਿਅਕ ਸੰਸਥਾ ਵਿੱਚ ਧਰਮ ਦੇ ਆਧਾਰ 'ਤੇ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ। ਇਹ ਸਾਨੂੰ ਆਰਟੀਕਲ 30 ਦੇ ਵਿੱਚ ਦਿੱਤਾ ਗਿਆ, ਠੀਕ ਹੈ, ਭਾਵ ਸੱਭਿਆਚਾਰਕ ਅਤੇ ਵਿੱਦਿਅਕ ਅਧਿਕਾਰ ਦੇ ਵਿੱਚ ਸਾਨੂੰ ਫੈਸਿਲਿਟੀ ਮਿਲੀ ਹੈ। ਅਗਲਾ ਨੰਬਰ ਕੀ ਕਹਿੰਦਾ, ਇਹਨੂੰ ਥੋੜ੍ਹਾ ਜਿਹਾ ਧਿਆਨ ਨਾਲ ਦੇਖੋ, ਔਰ ਵੀਡੀਓ ਨੂੰ ਐਂਡ ਤੱਕ ਸੁਣੋਗੇ, ਤੁਹਾਨੂੰ ਬਿਲਕੁਲ ਜਿਹੜਾ ਆਰਟੀਕਲ, ਜਿਹੜਾ ਮੌਲਿਕ ਅਧਿਕਾਰ ਹੈਗੇ ਆ, ਭਾਗ 3 ਦੇ ਵਿੱਚ ਦਿੱਤੇ ਗਏ ਆ, ਠੀਕ ਆ, 12 ਤੋਂ ਲੈ ਕੇ 35 ਤੱਕ ਜਿਹੜਾ ਆਰਟੀਕਲ ਬਾਰੇ ਤੁਹਾਨੂੰ ਬਿਲਕੁਲ ਡਿਟੇਲ ਦੇ ਵਿੱਚ ਪਤਾ ਲੱਗ ਜਾਏਗਾ। ਫਸਟ ਟਾਈਮ ਚੈਨਲ 'ਤੇ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਠੀਕ ਹੈ, ਤਾਂ ਕਲਾਸਾਂ ਇਸ ਤਰ੍ਹਾਂ ਕੰਟੀਨਿਊ ਚੱਲਦੀਆਂ ਰਹਿਣਗੀਆਂ। ਸੋ ਦੇਖਦੇ ਹਾਂ ਨੈਕਸਟ, ਵਿੱਦਿਅਕ ਸੰਸਥਾਵਾਂ
ਸਥਾਪਿਤ ਕਰਨ ਦਾ ਅਧਿਕਾਰ ਸਰਕਾਰੀ ਸਹਾਇਤਾ ਦਿੰਦੇ ਸਮੇਂ ਕੋਈ ਵਿਤਕਰਾ ਨਹੀਂ। ਹੁਣ ਦੇਖੋ ਇਹ ਵੀ ਬਹੁਤ ਇੰਪੋਰਟੈਂਟ ਗੱਲ ਹੈ, ਵਿੱਦਿਅਕ ਸੰਸਥਾਵਾਂ ਸਥਾਪਿਤ ਕਰਨ ਦਾ ਅਧਿਕਾਰ ਹੈਗਾ, ਕੋਈ ਵੀ ਬੰਦਾ ਵਿੱਦਿਅਕ ਸੰਸਥਾ ਬਣਾ ਸਕਦਾ, ਸਰਕਾਰੀ ਸਹਾਇਤਾ ਦਿੰਦੇ ਸਮੇਂ ਕੋਈ ਵਿਤਕਰਾ ਨਹੀਂ। ਪਰ ਵਿੱਦਿਅਕ ਸੰਸਥਾ ਨੂੰ ਕੋਈ ਸਰਕਾਰੀ ਸਹਾਇਤਾ ਮਿਲਦੀ ਹੈ, ਠੀਕ ਹੈ, ਮੰਨ ਲਓ ਕੋਈ ਕਹਿੰਦੇ ਵੀ ਯਾਰ ਇਹ ਸਰਕਾਰ ਵਿੱਦਿਅਕ ਸੰਸਥਾ ਹੈਗੀ ਹੈ, ਸਰਕਾਰ ਉਹਦੇ ਨਾਲ ਵਿਤਕਰਾ ਕਰੇ, ਕਿਸੇ ਨੂੰ ਸਹਾਇਤਾ ਘੱਟ ਦੇਵੇ, ਮੰਨ ਲਓ ਕੋਈ ਸਕੂਲ ਹੀ ਆਪਣੇ ਪੰਜਾਬ 'ਚ, ਠੀਕ ਹੈ, ਕਿਸੇ ਸਕੂਲ ਨੂੰ ਮੰਨ ਲਓ ਸਰਕਾਰ ਘੱਟ ਪੈਸਾ ਦੇ ਰਹੀ ਹੈ, ਕਿਸੇ ਨੂੰ ਵੱਧ ਦੇ ਰਹੀ ਹੈ, ਠੀਕ ਹੈ, ਤਾਂ ਇਸ ਤਰ੍ਹਾਂ ਵਿੱਦਿਅਕ ਸੰਸਥਾ ਦੇ ਨਾਲ ਸਰਕਾਰ ਕੋਈ ਵਿਤਕਰਾ ਨਹੀਂ ਕਰ ਸਕਦੀ। ਸਿੱਖਿਆ ਨੂੰ ਪ੍ਰਮੋਟ ਕਰਨ ਵਾਸਤੇ ਸਰਕਾਰ ਨੂੰ ਸਭ ਨੂੰ ਇੱਕ ਦੇਖਣਾ ਪੈਣਾ, ਠੀਕ ਹੈ, ਇਹ ਚੀਜ਼ ਨੂੰ ਜਿਹੜਾ ਧਿਆਨ 'ਚ ਰੱਖਣਾ। ਸੋ ਨੈਕਸਟ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ, ਨੈਕਸਟ ਆਪਣੇ ਕੋਲ ਕਿਹੜਾ ਹੈ, ਲਾਸਟ ਹੈ ਜਿਹੜਾ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ। ਇਹ ਬਹੁਤ ਹੀ ਇੰਪੋਰਟੈਂਟ ਹੈ, ਇਹ ਬਹੁਤ ਹੀ ਇੰਪੋਰਟੈਂਟ ਹੈ, ਇਹ ਡਾਇਰੈਕਟ ਕੁਐਸਚਨ ਪੁੱਛਿਆ ਜਾਂਦਾ। ਇਹ ਅਧਿਕਾਰ ਹੈ ਜਿਹੜਾ 6 ਨੰਬਰ, ਠੀਕ ਹੈ, ਸਾਨੂੰ 6ਵਾਂ ਅਧਿਕਾਰ ਮਿਲਿਆ। ਇਹ ਕੀ ਕਰਦਾ, ਇਹ ਸਾਰੇ ਅਧਿਕਾਰਾਂ ਦੀ ਰਾਖੀ ਕਰਦਾ, ਜਿਹੜੇ ਪਹਿਲੇ 5 ਅਧਿਕਾਰ ਉਹਨਾਂ ਦੀ ਰਾਖੀ ਕਰਦਾ। ਦੇਖੋ ਉਪਰੋਕਤ ਸਾਰੇ ਅਧਿਕਾਰਾਂ ਦੀ ਰਾਖੀ ਕਰਦਾ ਕੌਣ, ਸੰਵਿਧਾਨਕ ਉਪਚਾਰਾਂ ਦਾ ਅਧਿਕਾਰ। ਇੱਥੇ ਇੱਕ ਡਾਇਰੈਕਟ ਕੁਐਸਚਨ ਬਣਦਾ, ਨੋਟ ਕਿੱਥੇ ਲਿਖਿਆ ਹੋਇਆ ਕਿ ਅਨੁਛੇਦ 32, ਅਨੁਛੇਦ ਜਿਹੜਾ 32 ਹੈ, ਇਹ ਅਧਿਕਾਰ ਆਪਾਂ ਨੂੰ ਦਿੱਤਾ ਗਿਆ ਅਨੁਛੇਦ ਆਰਟੀਕਲ 32 ਦੇ ਵਿੱਚ, ਤਾਂ ਡਾਕਟਰ ਅੰਬੇਦਕਰ ਨੇ ਇਸ ਨੂੰ ਸੰਵਿਧਾਨ ਦੀ ਆਤਮਾ ਅਤੇ ਦਿਲ ਕਿਹਾ। ਕੀ ਕਿਹਾ, ਸੰਵਿਧਾਨ ਦੀ ਆਤਮਾ ਅਤੇ ਦਿਲ ਕਿਹਾ। ਸਿੱਧਾ ਡਾਇਰੈਕਟ ਕੁਐਸਚਨ ਬਣ ਜਾਂਦਾ ਕਿ ਡਾਕਟਰ ਅੰਬੇਦਕਰ ਨੇ ਸੰਵਿਧਾਨ ਦੀ ਕਿਸ ਆਰਟੀਕਲ ਨੂੰ ਸੰਵਿਧਾਨ ਦੀ ਆਤਮਾ ਅਤੇ ਦਿਲ ਕਿਹਾ, ਜਾਂ ਕੁਐਸਚਨ ਇਹ ਬਣਦਾ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਆਰਟੀਕਲ ਸੰਵਿਧਾਨ ਦਾ ਦਿਲ ਅਤੇ ਆਤਮਾ ਮੰਨਿਆ ਜਾਂਦਾ। ਦੋਵੇਂ ਤਰ੍ਹਾਂ ਦਾ ਕੁਐਸਚਨ ਬਣ ਜਾਂਦਾ ਉਲਟਾ ਫੁਲਟਾ ਕੇ। ਸੋ ਇਹ ਧਿਆਨ 'ਚ ਰੱਖਣਾ। ਚਲੋ ਹੁਣ ਸੰਵਿਧਾਨਕ ਉਪਚਾਰਾਂ ਦੇ ਅਧਿਕਾਰ ਵਿੱਚ ਕੀ ਹੈ, ਤੁਹਾਨੂੰ ਦੱਸਦਾ ਕਿ ਜਿਹੜੇ ਸਾਡੇ ਪਹਿਲੇ 5 ਅਧਿਕਾਰ ਉਹਨਾਂ ਦੀ ਰਾਖੀ ਕਰਦਾ, ਜੇ ਸਾਡੇ ਤੋਂ ਕੋਈ ਪਹਿਲੇ 5 ਅਧਿਕਾਰ 'ਚੋਂ ਕੋਈ ਵੀ ਅਧਿਕਾਰ ਕੋਈ ਖੋਹਦਾ ਜ਼ਬਰਦਸਤੀ, ਤਾਂ ਅਸੀਂ ਕੀ ਕਰਦੇ ਹਾਂ, ਕੋਰਟ 'ਚ ਜਾ ਸਕਦੇ ਹਾਂ, ਕੋਰਟ 'ਚ ਆਪਣੇ ਅਧਿਕਾਰਾਂ ਦੀ ਰਾਖੀ ਕਰ ਸਕਦੇ ਹਾਂ, ਠੀਕ ਹੈ, ਇਸ ਅਧਿਕਾਰ ਦੇ ਰਾਹੀਂ। ਅਧਿਕਾਰ ਲਾਗੂ ਕਰਾਉਣ ਲਈ ਅਸੀਂ ਸੁਪਰੀਮ ਕੋਰਟ ਕੋਲ ਜਾ ਸਕਦੇ ਹਾਂ, ਠੀਕ ਹੈ ਜੀ। ਸੋ ਇਹ ਸਮਝ ਗਏ ਕਿ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਲਈ 5 ਰਿੱਟਾਂ ਨੇ, ਠੀਕ ਹੈ, ਜਾਂ ਮੌਲਿਕ ਅਧਿਕਾਰ, ਮੰਨ ਲਓ ਸਾਡਾ ਕੋਈ ਸੁਤੰਤਰਤਾ ਦਾ ਅਧਿਕਾਰ ਜਾਂ ਘੁੰਮਣ ਫਿਰਨ ਦਾ ਅਧਿਕਾਰ ਕੋਈ ਖੋ ਰਿਹਾ, ਠੀਕ ਹੈ, ਕਿਉਂਕਿ ਸਾਡਾ ਅਧਿਕਾਰ ਹੈ, ਤਾਂ ਉਸਦੇ ਵਿਰੁੱਧ ਅਸੀਂ ਕੀ ਹੈ, ਇਸ ਅਧਿਕਾਰ ਦੀ ਸਹਾਇਤਾ ਦੇ ਨਾਲ ਅਸੀਂ ਸੁਪਰੀਮ ਕੋਰਟ 'ਚ ਰਿੱਟ ਪਾ ਸਕਦੇ ਹਾਂ। 5 ਤਰ੍ਹਾਂ ਦੀ ਰਿੱਟਾਂ ਆਪਾਂ ਨੂੰ ਮਿਲਦੀਆਂ ਨੇ। ਸੋ ਰਿੱਟਾਂ ਆਪਾਂ ਨੈਕਸਟ ਕਿਸੇ ਹੋਰ ਵੀਡੀਓ 'ਚ ਡਿਸਕਸ ਕਰਾਂਗੇ, ਤਾਂ ਕਿ ਉਹ ਲੈਕਚਰ ਦੇ ਵਿੱਚ ਤੁਹਾਨੂੰ ਕਨਫਿਊਜ਼ਨ ਨਾ ਹੋਵੇ। ਚਲੋ ਨੈਕਸਟ, ਹੁਣ ਦੇਖੋ ਆਰਟੀਕਲ 14 ਤੋਂ ਲੈ ਕੇ ਆਪਾਂ 32 ਤੱਕ ਪੜ੍ਹ ਲਿਆ। ਆਰਟੀਕਲ 14 ਤੋਂ ਲੈ ਕੇ 32 ਤੱਕ ਸਾਡੇ ਕਿੰਨੇ ਅਧਿਕਾਰ ਦਿੱਤੇ ਗਏ ਆ, 6 ਅਧਿਕਾਰ ਦਿੱਤੇ ਗਏ ਆ। ਸਾਨੂੰ ਕਿੰਨੇ ਅਧਿਕਾਰ ਮਿਲੇ ਹੋਏ, 6 ਅਧਿਕਾਰ ਮਿਲੇ ਹੋਏ ਆ, ਇਹ ਤੁਸੀਂ ਯਾਦ ਰੱਖ ਲਿਓ, ਆਰਟੀਕਲ 14 ਤੋਂ ਲੈ ਕੇ 32 ਤੱਕ। ਹੁਣ ਅਗਲੇ ਜਿਹੜੇ ਆਰਟੀਕਲ ਨੇ 33, 34, 35, ਇਹ ਵੀ ਮੌਲਿਕ ਅਧਿਕਾਰ ਦੀ ਗੱਲ ਕਰਦੇ ਆ। ਇਹ ਮੌਲਿਕ ਅਧਿਕਾਰਾਂ ਬਾਰੇ ਕੀ ਕਹਿੰਦੇ ਆ, ਉਹ ਥੋੜ੍ਹਾ ਜਿਹਾ ਆਪਾਂ ਦੇਖ ਲੈਂਦੇ ਹਾਂ। ਹਾਂਜੀ, ਗੱਲ ਕਰ ਰਹੇ ਸੀ ਆਪਾਂ ਮੌਲਿਕ ਅਧਿਕਾਰ ਦੇ ਅਨੁਛੇਦ 33 ਦੇ, ਇਹਦੇ ਵਿੱਚ ਕੀ ਲਿਖਿਆ। 33 ਦੇ ਵਿੱਚ ਕੀ ਹੋਇਆ ਕਿ ਜਿਹੜਾ 33 ਅਨੁਛੇਦ ਹੈ, ਤਾਂ ਇਸ ਦੇ ਵਿੱਚ ਸੰਸਦ ਨੂੰ ਇੱਕ ਅਧਿਕਾਰ ਦਿੱਤਾ ਗਿਆ। ਸੰਸਦ ਨੂੰ ਕੀ ਅਧਿਕਾਰ ਦਿੱਤਾ ਕਿ ਉਹ ਸੈਨਾ, ਅਰਧ ਸੈਨਾ ਬਲ ਅਤੇ ਖੁਫੀਆ ਵਿਭਾਗ 'ਤੇ ਵੀ ਕੋਈ ਕਾਨੂੰਨ ਬਣਾ ਸਕਦੀ ਹੈ, ਭਾਵ ਉਹਨਾਂ ਦਾ ਕੁਛ ਨਾ ਕੋਈ ਅਧਿਕਾਰ ਖੋ ਸਕਦੀ ਹੈ, ਠੀਕ ਹੈ। ਸੋ ਇਹ ਅਨੁਛੇਦ ਆਰਟੀਕਲ 33 ਦੇ ਵਿੱਚ ਇਹ ਲਿਖਿਆ ਗਿਆ ਕਿ ਸੰਸਦ ਸੈਨਾ, ਅਰਧ ਸੈਨਾ ਬਲ ਅਤੇ ਖੁਫੀਆ ਵਿਭਾਗ 'ਤੇ ਵੀ ਕਾਨੂੰਨ ਬਣਾ ਸਕਦੀ ਹੈ। ਉਸ ਤੋਂ ਬਾਅਦ ਅਨੁਛੇਦ 34 ਦੇ ਵਿੱਚ ਕੀ ਲਿਖਿਆ, ਸੰਸਦ ਨੂੰ ਅਧਿਕਾਰ ਹੈ ਕਿ ਸੈਨਿਕ ਕਾਨੂੰਨ ਲਾਗੂ ਹੋਣ 'ਤੇ, ਸੈਨਿਕ ਕਾਨੂੰਨ ਲਾਗੂ ਹੋਣ 'ਤੇ ਕੁਝ ਅਧਿਕਾਰ ਲੋਕਾਂ ਦੇ ਰੋਕ ਦਿੱਤੇ ਜਾਂਦੇ ਆ, ਭਾਵ ਲੋਕਾਂ ਤੋਂ ਜਿਹੜੇ ਆਪਾਂ ਨੂੰ 5 ਅਧਿਕਾਰ ਮਿਲੇ ਆ, 6 ਅਧਿਕਾਰ ਮਿਲੇ ਆ, ਉਹਨਾਂ ਦੇ ਵਿੱਚੋਂ ਕੁਝ ਅਧਿਕਾਰ ਕੀ ਆ ਸਾਡੇ, ਰੋਕ ਦਿੱਤੇ ਜਾਂਦੇ ਆ, ਖੋਹ ਲਏ ਜਾਂਦੇ ਆ ਜੇਕਰ ਸੈਨਿਕ ਕਾਨੂੰਨ ਲਾਗੂ ਹੋ ਜਾਵੇ, ਠੀਕ ਹੈ। ਤਾਂ ਸੰਸਦ ਨੂੰ ਇਹ ਵੀ ਅਧਿਕਾਰ ਦਿੱਤਾ ਗਿਆ ਅਨੁਛੇਦ ਆਰਟੀਕਲ 34 ਦੇ ਵਿੱਚ। ਆਰਟੀਕਲ 35 ਦੇ ਵਿੱਚ ਕੀ ਹੈ ਕਿ ਸੰਸਦ ਮੌਲਿਕ ਅਧਿਕਾਰਾਂ ਦੇ ਸੰਬੰਧ ਵਿੱਚ ਕਾਨੂੰਨ ਬਣਾ ਸਕਦੀ ਹੈ। ਆਰਟੀਕਲ 35 ਕੀ ਕਹਿੰਦਾ ਹੈ ਕਿ ਸੰਸਦ ਮੌਲਿਕ ਅਧਿਕਾਰਾਂ ਦੇ ਸੰਬੰਧ ਵਿੱਚ ਵੀ ਕਾਨੂੰਨ ਬਣਾ ਸਕਦੀ ਹੈ। ਸੋ ਜਿਹੜੇ ਮੌਲਿਕ ਅਧਿਕਾਰ ਆਪਾਂ ਨੂੰ ਛੇ ਦਿੱਤੇ ਗਏ, ਇਹਨਾਂ ਦੇ ਸੰਬੰਧ ਵਿੱਚ ਵੀ ਕਾਨੂੰਨ ਬਣਾ ਸਕਦੀ ਹੈ, ਜਿਵੇਂ ਕਿ ਆਪਾਂ ਨੂੰ ਪਤਾ ਕਿ 21 ਨਵਾਂ ਅਧਿਕਾਰ ਜੋੜ ਦਿੱਤਾ ਹੈ ਨਾ, ਤਾਂ ਇਸ ਤਰ੍ਹਾਂ। ਸੋ ਨਵੇਂ ਇਸ ਦੇ ਵਿੱਚ ਕਾਨੂੰਨ ਬਣਾ ਸਕਦੇ, ਇਸ ਦੇ ਵਿੱਚ ਅਮੈਂਡਮੈਂਟ ਸੋਧ ਕਰ ਸਕਦੀ ਹੈ ਅਨੁਛੇਦ 35 ਦੇ ਅਨੁਸਾਰ। ਚਲੋ ਅੱਗੇ ਬਹੁਤ ਇੰਪੋਰਟੈਂਟ ਚੀਜ਼ਾਂ ਹੈਗੀਆਂ। ਰਾਸ਼ਟਰੀ ਐਮਰਜੈਂਸੀ, ਜਿਸ ਨੂੰ ਆਪਾਂ ਬੋਲਦੇ ਹਾਂ ਆਪਾਤਕਾਲੀਨ ਸਥਿਤੀ, ਰਾਸ਼ਟਰੀ ਐਮਰਜੈਂਸੀ ਜੋ ਕਿ 352 ਦੇ ਅਧੀਨ ਲੱਗਦੀ ਹੈ। ਜੇਕਰ ਰਾਸ਼ਟਰੀ ਆਪਾਤਕਾਲੀਨ ਸ਼ਕਤੀ ਕਿਸੇ ਵੀ ਜਗ੍ਹਾ 'ਤੇ ਲੱਗ ਜਾਵੇ, ਠੀਕ ਹੈ, ਤਾਂ ਉਸ ਦੇ ਵਿੱਚ ਕੀ ਹੁੰਦਾ, ਦੇਖੋ ਭਾਵ ਭਾਰਤ ਦੇ ਵਿੱਚ ਹੀ ਲੱਗੇਗੀ, ਕਿਸੇ ਜਗ੍ਹਾ 'ਤੇ ਨਹੀਂ ਲੱਗੇਗੀ। ਸੋ ਭਾਰਤ ਦੇ ਵਿੱਚ ਜੋ ਲੱਗੀ ਜੇ, ਤਾਂ ਆਪਣੇ ਜਿਹੜੇ 2 ਅਨੁਛੇਦ ਆ, 20 ਅਤੇ 21 ਅਨੁਛੇਦ ਛੱਡ ਕੇ ਬਾਕੀ ਸਾਰੇ ਅਨੁਛੇਦ ਸਾਡੇ ਕੀ ਆ, ਖਤਮ ਹੋ ਜਾਂਦੇ ਆ। ਤਾਂ ਸਾਨੂੰ ਸਿਰਫ 20 ਅਤੇ 21 ਅਨੁਛੇਦ ਦਾ ਹੀ ਅਧਿਕਾਰ ਰਹਿ ਜਾਂਦਾ, ਤਾਂ ਬਾਕੀ ਸਾਰੇ ਅਨੁਛੇਦ ਸਾਡੇ ਤੋਂ ਖੋਹ ਲਏ ਜਾਂਦੇ ਆ ਜੇਕਰ ਰਾਸ਼ਟਰੀ ਐਮਰਜੈਂਸੀ ਜਾਂ ਆਪਾਤਕਾਲੀਨ ਸ਼ਕਤੀ ਲੱਗ ਜਾਵੇ। ਕਿਹੜੇ ਕਿਹੜੇ ਮੌਲਿਕ ਅਧਿਕਾਰ ਵਿਦੇਸ਼ੀਆਂ ਨੂੰ ਪ੍ਰਾਪਤ ਹਨ, ਇਹ ਬਹੁਤ ਇੰਪੋਰਟੈਂਟ ਹੈ। ਉਹ ਮੌਲਿਕ ਅਧਿਕਾਰ, ਮੰਨ ਲਓ ਆਪਣੇ 6 ਮੌਲਿਕ ਅਧਿਕਾਰ ਹੈ, ਉਹਨਾਂ ਦੇ ਵਿੱਚੋਂ ਉਹਨਾਂ ਦੇ ਸਭ ਪਾਰਟਾਂ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਕਿਹੜੇ ਕਿਹੜੇ ਅਧਿਕਾਰ ਵਿਦੇਸ਼ੀਆਂ ਨੂੰ ਪ੍ਰਾਪਤ ਹੈ, ਵਿਦੇਸ਼ੀਆਂ ਨੂੰ ਕਿਹੜੇ ਕਿਹੜੇ ਪ੍ਰਾਪਤ ਹੈ। 15 ਨੰਬਰ ਅਧਿਕਾਰ ਵਿਦੇਸ਼ੀਆਂ ਨੂੰ ਪ੍ਰਾਪਤ ਹੈ, 16 ਨੰਬਰ,
19 ਨੰਬਰ ਤੇ 29 ਨੰਬਰ, ਠੀਕ ਹੈ। ਸੋ ਇਹ ਕਿਹਨਾਂ ਨੂੰ ਪ੍ਰਾਪਤ ਨੇ? ਵਿਦੇਸ਼ੀਆਂ ਨੂੰ ਪ੍ਰਾਪਤ ਹੈਗੇ ਆ, ਠੀਕ ਹੈ। ਸੋ ਅੱਗੇ ਨੈਕਸਟ ਦੇਖਦੇ ਹਾਂ, 30 ਨੰਬਰ ਵੀ ਵਿਦੇਸ਼ੀਆਂ ਨੂੰ ਪ੍ਰਾਪਤ ਹੈਗਾ, 30 ਨੰਬਰ ਵੀ ਵਿਦੇਸ਼ੀਆਂ ਨੂੰ ਪ੍ਰਾਪਤ ਹੈਗਾ। ਉਦੋਂ ਵਿਦੇਸ਼ੀ ਅਤੇ ਭਾਰਤੀ ਦੋਵਾਂ ਨੂੰ ਪ੍ਰਾਪਤ ਅਧਿਕਾਰ, ਉਹ ਕਿਹੜੇ ਕਿਹੜੇ ਅਧਿਕਾਰ ਆ ਜਿਹੜੇ ਵਿਦੇਸ਼ੀਆਂ ਨੂੰ ਵੀ ਪ੍ਰਾਪਤ ਹੈ ਅਤੇ ਭਾਰਤੀਆਂ ਨੂੰ ਵੀ ਪ੍ਰਾਪਤ ਹੈ, ਠੀਕ ਹੈ। ਚਲੋ ਮਾਫ਼ ਕਰਨਾ ਥੋੜ੍ਹਾ ਜਿਹਾ, ਇੱਥੇ ਜਿਹੜਾ ਉੱਪਰ ਲਿਖਿਆ ਸੀ ਜਿਹੜਾ ਪ੍ਰੋਪਰ ਅਧਿਕਾਰਾਂ ਦੀ ਗੱਲ ਕੀਤੀ, ਇਹ ਹੈ ਵਿਦੇਸ਼ੀਆਂ ਨੂੰ ਪ੍ਰਾਪਤ ਨਹੀਂ, ਸੋਰੀ ਇਹ ਹੈ ਨਹੀਂ, ਵੀ ਜਿਹੜੇ ਅਧਿਕਾਰ ਵਿਦੇਸ਼ੀਆਂ ਨੂੰ ਪ੍ਰਾਪਤ ਨਹੀਂ ਉਹ ਕਿਹੜੇ ਕਿਹੜੇ ਹੈ। ਤਾਂ ਉਹ ਅਧਿਕਾਰ ਹੈ ਅਨੁਛੇਦ 15, 16, 19, 29, 30, ਤਾਂ ਇਹ ਵਿਦੇਸ਼ੀ ਲੋਕਾਂ ਨੂੰ ਪ੍ਰਾਪਤ ਨਹੀਂ ਹੈਗੇ, ਤਾਂ ਵਿਦੇਸ਼ੀ ਲੋਕ ਉਹਨਾਂ ਦੀ ਵਰਤੋਂ ਨਹੀਂ ਕਰ ਸਕਦੇ ਅਧਿਕਾਰਾਂ ਦੀ, ਠੀਕ ਹੈ। ਅੱਗੇ ਦੇਖਦੇ ਹਾਂ ਨੈਕਸਟ, ਵਿਦੇਸ਼ੀਆਂ ਲੋਕਾਂ ਨੂੰ ਪ੍ਰਾਪਤ ਅਤੇ ਭਾਰਤੀ ਦੋਵਾਂ ਲੋਕਾਂ ਨੂੰ ਜਿਹੜਾ ਪ੍ਰਾਪਤ ਅਧਿਕਾਰ ਨੇ ਉਹ ਕਿਹੜੇ ਨੇ? ਦੇਖੋ ਉਹ ਕਿਹੜੇ ਕਿਹੜੇ ਆਰਟੀਕਲ ਨੇ, ਉਹ ਹੈ 14 ਨੰਬਰ ਵੀ ਵਿਦੇਸ਼ੀਆਂ ਨੂੰ ਵੀ ਪ੍ਰਾਪਤ ਹੋ ਭਾਰਤੀਆਂ ਨੂੰ ਵੀ, 20 ਨੰਬਰ ਵਿਦੇਸ਼ੀਆਂ ਨੂੰ ਵੀ, 21, 21A, 23 ਤੋਂ ਲੈ ਕੇ 24 ਤੱਕ ਜਿਹੜਾ ਅਧਿਕਾਰ ਹੈ ਉਹ ਵੀ ਵਿਦੇਸ਼ੀਆਂ ਨੂੰ ਪ੍ਰਾਪਤ ਅਤੇ ਭਾਰਤੀਆਂ ਨੂੰ ਵੀ ਦੋਵਾਂ ਨੂੰ, ਅਤੇ 25 ਤੋਂ ਲੈ ਕੇ 28 ਤੱਕ, ਠੀਕ ਹੈ। ਜਿਹੜੇ ਉੱਪਰ ਅਧਿਕਾਰਾਂ ਦੀ ਗੱਲ ਕੀਤੀ ਹੈ ਥੋੜ੍ਹੀ ਮਿਸਟੇਕ ਹੋ ਗਈ ਸੀ ਜਲਦਬਾਜ਼ੀ 'ਚ, ਕਿ ਇਹ ਅਧਿਕਾਰ ਸਿਰਫ ਭਾਰਤੀਆਂ ਨੂੰ ਪ੍ਰਾਪਤ ਹੈ, ਵਿਦੇਸ਼ੀਆਂ ਨੂੰ ਇਹ ਅਧਿਕਾਰ ਨਹੀਂ ਦਿੱਤੇ ਜਾ ਸਕਦੇ, 15, 16, 19, 29 ਅਤੇ 30 ਆਰਟੀਕਲ ਵਾਲੇ, ਠੀਕ ਹੈ ਜੀ। ਸੋ ਨੈਕਸਟ ਦੇਖਦੇ ਹਾਂ, ਇੱਕ ਚੀਜ਼ ਇੱਥੇ ਤੁਸੀਂ ਨੋਟ ਕਰਨੀ ਹੈ ਕਿ 1969 ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕੇਸ਼ਵਾਨੰਦ ਭਾਰਤੀ ਮੁਕੱਦਮੇ ਦੇ ਸਮੇਂ ਕਿ ਸੰਸਦ ਵਿੱਚ ਸੋਧ ਕਰ ਸਕਦੀ ਹੈ, ਠੀਕ ਹੈ, ਅਧਿਕਾਰਾਂ 'ਤੇ ਸੋਧ ਕਰ ਸਕਦੀ ਹੈ ਸੰਸਦ, ਪਰ ਕੋਈ ਵੀ ਅਜਿਹੀ ਸੋਧ ਨਹੀਂ ਕਰ ਸਕਦੀ ਜੋ ਕਿ ਸਾਡੇ ਬੁਨਿਆਦੀ ਢਾਂਚੇ ਨੂੰ ਰੋਕੇ, ਠੀਕ ਹੈ, ਸਾਡੇ ਬੁਨਿਆਦੀ ਢਾਂਚੇ ਨੂੰ ਖਤਮ ਕਰੇ, ਠੀਕ ਹੈ। ਜੋ ਆਪਾਂ ਨੂੰ ਕੋਈ ਰਿਜ਼ਰਵੇਸ਼ਨ ਮਿਲੀ ਹੋਈ ਹੈ ਜਾਂ ਸਾਡੀ ਕੋਈ ਰਿਜ਼ਰਵੇਸ਼ਨ ਤੋੜ ਦੇ, ਤਾਂ ਇਹੋ ਜਿਹੀ ਤਰ੍ਹਾਂ ਦੀ ਜਿਹੜੀ ਸੰਸਦ ਸੋਧ ਨਹੀਂ ਕਰ ਸਕਦੀ, ਠੀਕ ਹੈ ਜੀ। ਸੋ ਨੈਕਸਟ ਦੇਖਦੇ ਹਾਂ ਅੱਗੇ, ਅੱਗੇ ਆਪਣੇ ਕੋਲ ਇੱਕ ਹੋਰ ਜ਼ਰੂਰੀ ਨੋਟ ਆ, ਉਹ ਕੀ ਹੈ ਕਿ 44ਵੀਂ ਸੋਧ ਧਾਰਾ 19 ਦੇ ਅਨੁਸਾਰ, ਠੀਕ ਹੈ, ਸੋਧ ਹੋਈ 44ਵੀਂ ਸੋਧ ਕਦੋਂ ਹੋਈ? 1978 ਦੇ ਵਿੱਚ, ਠੀਕ ਹੈ। ਤਾਂ ਇਸ ਦੇ ਅਨੁਸਾਰ ਧਾਰਾ 19 ਅਨੁਸਾਰ ਪ੍ਰੈਸ ਨੂੰ ਸੁਤੰਤਰਤਾ ਵਜੋਂ ਅਖਬਾਰਾਂ ਨੂੰ ਧਾਰਾ 361 ਇਹ ਦੇਸ਼ ਵਿੱਚ ਸੰਸਦ ਅਤੇ ਰਾਜ ਵਿਧਾਨ ਮੰਡਲ ਦੀ ਕਾਰਵਾਈ ਪ੍ਰਕਾਸ਼ਿਤ ਕਰਨ ਦਾ ਸੁਤੰਤਰਤਾ ਦਿੱਤੀ ਗਈ ਹੈ। ਜਿਹੜੀ ਆਪਣੀ ਪ੍ਰੈਸ ਹੈ, ਮੀਡੀਆ, ਤਾਂ ਇਸ ਸੋਧ ਦੇ ਰਾਹੀਂ ਕੀ ਦਿੱਤਾ ਗਿਆ ਕਿ ਜਿਹੜਾ ਮੀਡੀਆ ਨੂੰ ਸੰਸਦ ਅਤੇ ਰਾਜ ਵਿਧਾਨ ਮੰਡਲ, ਸੰਸਦ ਦੇ ਵਿੱਚ ਕੀ ਆ ਜਾਂਦਾ ਲੋਕ ਸਭਾ ਕੀ, ਰਾਜ ਸਭਾ ਕੀ, ਰਾਜ ਵਿਧਾਨ ਮੰਡਲ ਦੇ ਵਿੱਚ ਕੀ ਆ ਗਿਆ, ਇਸ ਦੇ ਵਿੱਚ ਵਿਧਾਨ ਪਰਿਸ਼ਦ ਅਤੇ ਵਿਧਾਨ ਸਭਾ, ਤਾਂ ਉਸਦੀ ਜਿਹੜੀ ਵੀ ਕਾਰਵਾਈ ਹੈ ਤਾਂ ਉਹ ਮੀਡੀਆ ਪ੍ਰਕਾਸ਼ਿਤ ਕਰ ਸਕਦਾ ਹੈ। ਇਹ ਨਹੀਂ ਹੈਗਾ ਕਿ ਵੀ ਕੋਈ ਲੀਡਰ ਕਹੇ ਵੀ ਸਾਡੀ ਪਰ ਕਾਰਵਾਈ ਕਿਉਂ ਪ੍ਰਕਾਸ਼ਿਤ ਕਰ ਰਹੇ ਹੋ, ਅੰਦਰ ਕੀ ਚੱਲ ਰਿਹਾ ਸੰਸਦ ਦੇ, ਠੀਕ ਹੈ, ਤਾਂ ਵਿਧਾਨ ਸਭਾ ਦੇ ਅੰਦਰ ਕੀ ਚੱਲ ਰਿਹਾ, ਵਿਧਾਨ ਪਰਿਸ਼ਦ ਦੇ ਰਾਜ ਸਭਾ ਦੇ ਅੰਦਰ ਕੀ ਚੱਲ ਰਿਹਾ, ਤਾਂ ਮੀਡੀਆ ਉਸਨੂੰ ਕਵਰ ਕਰ ਸਕਦਾ, ਉਸਨੂੰ ਪ੍ਰਕਾਸ਼ਿਤ ਕਰ ਸਕਦਾ। ਇਹ ਅਧਿਕਾਰ ਮੀਡੀਆ ਨੂੰ ਦਿੱਤਾ ਗਿਆ, ਠੀਕ ਹੈ ਜੀ। ਸੋ ਇਹ ਆਪਣਾ ਲੈਕਚਰ ਸੀ ਮੌਲਿਕ ਅਧਿਕਾਰਾਂ 'ਤੇ, ਪਹਿਲਾਂ ਵਾਲਾ ਲੈਕਚਰ ਜ਼ਰੂਰ ਦੇਖਿਓ, ਔਰ ਜੇਕਰ ਤੁਸੀਂ ਕੰਟੀਨਿਊ ਤਿਆਰੀ ਸਾਰੇ ਪੰਜਾਬ ਪੁਲਿਸ ਦੀ ਭਰਤੀ ਦੇ ਸਿਲੇਬਸ ਦੀ GK ਜਨਰਲ ਅਵੇਅਰਸ ਦੀ ਕਰਨਾ ਚਾਹੁੰਦੇ ਹੋ, ਆਪਣਾ ਐਪ MSW ਦਾ, ਉਹਦਾ ਲਿੰਕ ਡਿਸਕ੍ਰਿਪਸ਼ਨ ਬੋਕਸ 'ਚ ਹੈ, ਪਲੇ ਸਟੋਰ 'ਚ ਵੀ ਸਰਚ ਮਾਰ ਸਕਦੇ ਹੋ MSW ਸਟੱਡੀ ਫੋਰ ਜੋਬ, MSW ਸਟੱਡੀ ਹੀ ਲਿਖ ਸਕਦੇ ਹੋ, ਤਾਂ ਉੱਥੋਂ ਵੀ ਐਪ ਡਾਊਨਲੋਡ ਕਰਨ, ਜਿੱਥੇ ਪੂਰਾ ਕੋਰਸ 1500 ਫੀਸ ਦੇ ਵਿੱਚ ਲਾਂਚ ਕਰ ਦਿੱਤਾ ਗਿਆ, ਆਪਾਂ 1500 ਦੇ ਵਿੱਚ ਤੁਹਾਨੂੰ ਪੰਜਾਬ ਪੁਲਿਸ ਦੀ ਪੂਰੀ ਭਰਤੀ ਦੀ ਤਿਆਰੀ ਕਰਾਈ ਜਾਊ। ਕੋਈ ਨੋਟਸ ਬਣਾਉਣ ਦੀ ਲੋੜ ਨਹੀਂ, ਤਾਂ ਬਿਲਕੁਲ ਉੱਥੇ ਤੁਹਾਨੂੰ PDF ਨੋਟਸ ਵੀ ਦਿੱਤੇ ਜਾਣਗੇ, ਠੀਕ ਹੈ, ਤਾਂ ਉੱਥੇ ਤੁਹਾਨੂੰ 150 ਤੋਂ ਪਲੱਸ ਵੀਡੀਓ ਲੈਕਚਰ ਸਾਰੇ ਸਬਜੈਕਟਾਂ ਦਿੱਤੇ ਜਾਣਗੇ, ਮੌਕ ਟੈਸਟ ਵੀ ਦਿੱਤੇ ਜਾਣਗੇ, ਠੀਕ ਹੈ ਜੀ। ਸੋ ਕਲਾਸ ਵਧੀਆ ਲੱਗੀ ਤਾਂ ਵੱਧ ਤੋਂ ਸ਼ੇਅਰ ਕਰੋ, ਲਾਈਕ ਕਰੋ, ਮਿਲਾਂਗੇ ਇੱਕ ਹੋਰ ਨਵੇਂ ਵੀਡੀਓ 'ਚ। ਬਾਏ ਬਾਏ, ਟੇਕ ਕੇਅਰ।